ਝੋਲੀਆਂ ਭਰੀਆਂ ਨਾ ਜ਼ੋਰਦਾਰ ਤਾਲੀ ਮਾਰ ਕੇ ਦਿਖਾਓ ਫਿਰ ਤੇਰੇ ਅੰਦਰ ਚੋਰੀ ਹਰ ਵੀਰਵਾਰ ਦਰਬਾਰ ਤੇ ਤਰੀ ਜਾਂਦੀ ਹੈ ਬਾਕੀ ਫਿਰ 23 ਤਰੀਕ ਨੂੰ 11ਵੇਂ ਰੋਜ਼ ਜ਼ਹਿਰ ਉਹਦੇ ਵੀ ਵੀਰਵਾਰ ਹੈ ਔਰ 5 ਦਸੰਬਰ ਦੇ ਐਤਵਾਰ ਸੌਰੀ 10 ਦਸੰਬਰ ਦੇ ਐਤਵਾਰ ਪੰਡੂਗਾ ਨਿਚਲਾ ਵਿਖੇ ਬਹੁਤ بڑا ਪ੍ਰੋਗਰਾਮ ਹੈ ਸਲਾਮਨਾ ਪ੍ਰੋਗਰਾਮ ਹੈ ਤੋਰਾ ਵੀਰਾਂ ਨੇ ਤੁਹਾਨੂੰ ਪ੍ਰੇਮ ਨਾਲ ਸੱਦਿਆ ਵੀ ਹੈ ਤਾਪੋ ਮਾ ਕੇ ਪਹੁੰਚਣਾ ਔਰ ਕਪੂਰਤਲਾ ਤੁਹਾਡੇ ਬਿਲਕੁਲ ਹੀ ਨਜ਼ਦੀਕ ਹੈ 3 ਤਰੀਕ ਉੱਥੇ ਵੀ ਆਪਾਂ ਪਹੁੰਚਣਾ ਕਮੇਟੀ ਵਾਲਿਆਂ ਨੇ ਬੇਨਤੀ ਵੀ ਭੇਜੀ ਹੈ ਔਰ 3 ਦਸੰਬਰ ਦੇ ਐਤਵਾਰ ਛੁੱਟੀ ਵਾਲਾ ਦਿਨ ਉਧਰ ਵੀ ਤਾਂ ਆਪਾਂ ਬਿਲਕੁਲ ਤੁਹਾਡੇ ਨਜ਼ਦੀਕ ਹੀ ਹੈ ਤਾਂ ਉਧਰ ਵੀ ਆਪਾਂ ਪਹੁੰਚ ਕੇ ਮਾਲਕਾਂ ਦੀ ਰਹਿਮਤਾਂ ਨਾਲ ਛੋਲੀਆਂ ਭਰਨੀ ਹੈ ਬਾਕੀ ਫੇਸਬੁੱਕ ਯੂਟਿਊਬ ਤੇ ਜਰੂਰ ਸੁਣਦੇ ਰਹੇ ਆਖੋ ਦੇਖੋ ਕਿੱਡੇ ਕਿੱਡੇ ਨੁਕਤੇ ਮਾਲਕਾਂ ਨੇ ਸਾਨੂੰ ਦੱਸੇ ਹੈ ਘਰ ਬੈਠ ਕੇ ਅਸੀਂ ਉਹਨਾਂ ਆਨੰਦ ਵੀ ਲੈਣਾ ਹੈ ਤਾਂ ਆਓ ਹੁਣ ਦੋ ਲਾਈਨਾਂ ਬਣਾ ਕੇ ਆਪਾਂ ਸਾਰੇ ਭੈਣ ਭਰਾ ਪ੍ਰੇਮ ਦੇ ਨਾਲ ਸ਼ਰਧਾ ਨਾਲ ਮਾਲਕਾਂ ਦੇ ਚਰਨਾਂ 'ਚ ਮੱਥਾ ਟੇਕ ਲਈਏ ਜੀ ਨਾਲ ਹੀ ਦੱਸਣਾ ਚਾਹੂੰਗਾ ਅਗਰ ਤੁਸੀਂ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਦਰਬਾਰ ਦੇ ਕੋਈ ਸੇਵਾ ਭੇਜਣਾ ਚਾਹੁੰਦੇ ਹੋ ਦੋਨੇ ਪਾਸੇ ਤੁਹਾਡੇ ਵੀਰ ਹਾਜ਼ਰ ਹੈ ਤੁਸੀਂ ਸੇਵਾ ਦੋਨਾਂ ਦੇ ਸਕਦੇ ਹੋ ਆਓ ਜਰਾ ਜਲਦੀ ਜਲਦੀ ਜੀ ਬਸ ਕੋਸ਼ਿਸ਼ ਕਰੋ ਬਹੁਤ ਬੜੀ ਜਗ੍ਹਾ ਬਣਾਈ ਹੈ 5-5 10 ਦਾ ਜੀ ਕੱਥੇ ਪਤਾ ਟੇਕ ਸਕਦੀ ਹੈ ਤੇ ਟਾਈਮ ਵੀ ਬਚੇਗਾ ਕਿਉਂਕਿ ਫਿਰ ਤੁਸੀਂ ਲੰਗਰ ਵੀ ਛਕਣਾ ਜੈ ਮਾਲਕਾ ਦੀ
ਪਹੁੰਚ ਜਾਇਆ ਕਰੋ ਬਾਕੀ ਕੀ ਕੁਛ ਮੰਗ ਦੇ ਕੇ ਭੇਜਦੀ ਹੈ ਉਹ ਸਾਨੂੰ ਸਾਰਿਆਂ ਨੂੰ ਬਤਾਈਏ
ਔਰ ਫੇਸਬੁੱਕ ਯੂਟਿਊਬ ਦਾ ਪੂਰਾ ਪੂਰਾ ਆਨੰਦ ਲੈ ਲਿਆ ਕਰੋ ਘਰ ਬੈਠ ਕੇ ਆਪਾਂ ਬਹੁਤ ਕੁਝ ਆਪਾਂ ਸਿੱਖਦੇ ਵੀ ਆ ਜਦੋਂ ਸਵੇਰੇ ਇਨਸਾਨ ਦਰਸ਼ਨ ਕਰਕੇ ਜਦੋਂ ਆਪਣੇ ਸਕੂਲ ਕਾਲਜ ਜਾਂ ਕੰਮਾਂ ਕਾਰਾਂ ਤੇ ਜਾਂਦੇ ਆ ਤੇ ਉਹ ਦਰਸ਼ਨ ਕਰਕੇ ਸਜ਼ਨ ਹੋ ਕੇ ਜਾਂਦੇ ਪੂਰਾ ਦਿਨ ਸਾਰਾ ਸਫਲ ਹੋ ਜਾਂਦਾ ਪਰ ਮਾਲਕ ਸਾਡੀ ਜ਼ਿੰਦਗੀ ਨੂੰ ਸਫਲ ਬਣਾਉਣ ਵਾਸਤੇ ਹੀ ਤਾਂ ਦਿਨ ਰਾਤ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਥੋੜਾ ਕੋਲਾ ਜਿਹਾ ਰਸਤਾ ਬਣਾ ਦਿਓ ਜੀ ਪਰ ਮਾਲਕ ਦੀ ਕਿਰਪਾ ਦੇ ਨਾਲ ਲੰਗਰ ਬਿਲਕੁਲ ਤਿਆਰ ਹੈ ਸਾਰੇ ਜਿੰਨੇ ਵੀ ਭੈਣ ਭਰਾ ਪਹੁੰਚੇ ਸਭ ਨੇ ਲੰਗਰ ਪ੍ਰਸ਼ਾਦ ਛੱਕ ਕੇ ਜਾਣ ਦੀ ਕਿਰਪਾਲਤਾ ਕਰ ਰਹੇ ਜੀ ਰਸਤਾ ਥੋੜਾ ਕੋਲਾ ਜਿਹਾ ਕਰ ਦਿਓ ਜੀ ਜਦੋਂ ਮਾਲਕ ਸਾਡੀ ਪਰਸੋਂ ਗੁਜ਼ਰਨ ਕਿਸੇ ਮੇਰੀ ਭੈਣ ਭਰਾਣੀ ਮਾਲਕ ਦੇ ਥੋੜੇ ਅੱਛਾ ਕਵਾਤੀ ਲਗਾਣਾ ਜੀ ਜੈ ਮਾਲਕਾ ਦੀ ਜੈ ਮਾਲਕਾ ਦੀ Yeah, my friend.